ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਆਈਆਂ ਹਨ ਜੀ ਆਰਮੀ ਪਬਲਿਕ ਸਕੂਲ ਅੰਬਾਲਾ ਕੈਂਟ, ਪਟਿਆਲਾ ਅਤੇ ਸੰਗਰੂਰ ਦੇ ਵਿੱਚ। ਰੈਗੂਲਰ ਬੇਸਿਸ 'ਤੇ ਤੁਹਾਨੂੰ ਰੱਖਿਆ ਜਾਣਾ। ਜ਼ਿਆਦਾਤਰ ਪੋਸਟ ਆਰਮੀ ਪਬਲਿਕ ਸਕੂਲ ਦੀਆਂ ਕੰਟਰੈਕਟ ਬੇਸ 'ਤੇ ਹੁੰਦੀਆਂ ਨੇ, ਪਰ ਇਹ ਰੈਗੂਲਰ ਬੇਸਿਸ 'ਤੇ ਨੇ ਪਟਿਆਲਾ, ਅੰਬਾਲਾ ਕੈਂਟ ਅਤੇ ਸੰਗਰੂਰ ਦੇ ਵਿੱਚ। ਠੀਕ ਹੈ ਜੀ, ਹੁਣ ਅਸਾਮੀਆਂ ਦੀ ਗੱਲ ਕਰੀਏ ਆਪਾਂ। ਸਭ ਤੋਂ ਪਹਿਲਾਂ ਆਉਂਦੇ ਨੇ ਜੀ ਪੀ ਜੀ ਟੀ ਟੀਚਰ। ਪੀ ਜੀ ਟੀ ਟੀਚਰ ਇੰਗਲਿਸ਼, ਪੋਲ ਸਾਇੰਸ, ਬਾਇਓਲੋਜੀ, ਇਕਨੋਮਿਕਸ, ਕੰਪਿਊਟਰ ਸਾਇੰਸ। ਅਤੇ ਟੀ ਜੀ ਟੀ ਟੀਚਰ ਇੰਗਲਿਸ਼, ਸਾਇੰਸ, ਸੋਸ਼ਲ ਸਾਇੰਸ, ਫਿਜੀਕਲ ਐਜੂਕੇਸ਼ਨ, ਮੈਥ, ਸੰਸਕ੍ਰਿਤ, ਕੰਪਿਊਟਰ ਸਾਇੰਸ ਅਤੇ ਮਿਊਜਿਕ। ਅਤੇ ਪੀ ਆਰ ਟੀ ਟੀਚਰ, ਇਹ ਅਸਾਮੀਆਂ ਨੇ ਜੀ ਜਿਨ੍ਹਾਂ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਫਰੈਸ਼ ਕੈਂਡੀਡੇਟ ਦੇ ਲਈ 40 ਸਾਲ ਤੱਕ ਅਤੇ ਐਕਸਪੀਰੀਅੰਸ ਦੇ ਲਈ 57 ਸਾਲ ਤੱਕ। ਠੀਕ ਹੈ ਜੀ, ਇਸ ਦੇ ਲਈ ਤੁਹਾਡਾ ਟੈਸਟ ਲਿਆ ਜਾਣਾ ਬਕਾਇਦਾ। ਠੀਕ ਹੈ, ਉਸ ਟੈਸਟ 'ਚੋਂ ਪਾਸ ਹੋਣਾ ਤੁਹਾਨੂੰ ਲਾਜ਼ਮੀ ਹੈ ਅਤੇ ਸੀ ਟੈਟ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ ਅਤੇ 60% ਨੰਬਰ ਚਾਹੀਦੇ ਨੇ ਤੁਹਾਡੇ ਟੀ ਜੀ ਟੀ ਪੀ ਆਰ ਟੀ ਦੇ ਵਿੱਚ। ਠੀਕ ਹੈ ਜੀ, ਸੀ ਟੈਟ ਜਾਂ ਟੈਟ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ। ਅਤੇ ਆਹ ਵੈਬਸਾਈਟ ਦਾ ਲਿੰਕ ਹੈ, ਇੱਥੋਂ ਵੀ ਤੁਸੀਂ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ। ਬਾਕੀ ਤੁਹਾਨੂੰ ਜਿਹੜਾ ਲਿੰਕ ਹੈ ਉਹ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਠੀਕ ਹੈ, ਐਡਵਰਟਾਈਜ਼ਮੈਂਟ ਦਾ ਲਿੰਕ ਵੀ ਅਤੇ ਫਾਰਮ ਦਾ ਲਿੰਕ ਵੀ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਫਾਰਮ। ਤਾਂ ਡੈਟਸ ਆਲ ਗਾਈਸ, ਅਤੇ ਇਹਦੇ ਲਈ 100 ਰੁਪਏ ਦਾ ਡਿਮਾਂਡ ਡਰਾਫਟ ਵੀ ਕਟਵਾਉਣਾ। ਬਾਕੀ ਤੁਸੀਂ ਐਡਵਰਟਾਈਜ਼ਮੈਂਟ ਪੜ੍ਹ ਸਕਦੇ ਹੋ ਧਿਆਨ ਨਾਲ ਕਿਹੜੀ ਪੋਸਟ ਦੇ ਲਈ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ। ਦੈਟਸ ਆਲ ਗਾਈਸ, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।